ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦੇ ਆਪ 'ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਇਸ ਨੂੰ ਕਾਂਗਰਸ ਦੇ ਬੁਰੇ ਦਿਨ ਕਰਾਰ ਦੇ ਰਹੇ ਹਨ ਅਤੇ 2017 'ਚ ਫਿਰ ਅਕਾਲੀ ਦਲ ਦੀ ਸਰਕਾਰ ਬਣਾ ਕੇ ਹੈਟ੍ਰਿਕ ਬਣਾਉਣ ਦੀ ਗੱਲ ਕਹਿ ਰਹੇ ਹਨ, ਉੱਥੇ ਕਾਂਗਰਸੀ ਆਗੂ ਖਹਿਰਾ ਦਾ ਪਾਰਟੀ ਛੱਡ ਕੇ ਜਾਣਾ ਕੋਈ ਨੁਕਸਾਨ ਦੀ ਗੱਲ ਨਹੀਂ ਮੰਨ ਰਹੇ। ਉਹਨਾਂ ਦਾ ਕਹਿਣਾ ਹੈ ਕਿ ਚੋਣਾਂ 'ਚ ਕਈ ਨੇਤਾ ਪਾਰਟੀਆਂ ਬਦਲਦੇ ਹਨ, ਇਸ ਨਾਲ ਪਾਰਟੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਕੈਪਟਨ ਉੱਪਰ ਕੀਤੀ ਗਈ ਸੁਖਪਾਲ ਖਹਿਰਾ ਦੀ ਟਿੱਪਣੀ 'ਤੇ ਕਾਂਗਰਸੀ ਆਗੂ ਮੋਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਰਾਜਨੀਤੀ 'ਚ ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ। ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਉਹਨਾਂ ਦੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਸੀ ਅਤੇ ਲੋਕ ਵੀ ਇਹ ਸਮਝਦੇ ਸਨ ਕਿ ਸ਼ਾਇਦ ਹੁਣ ਜਿਹੜੀ ਕਾਂਗਰਸ ਆ ਉਹਦੇ ਵਿੱਚ ਜਾਨ ਪੈ ਜਾਏਗੀ। ਲੇਕਿਨ ਜੋ ਹਕੀਕਤ ਆ ਉਹ ਇਹ ਆ ਕਿ ਪੰਜਾਬ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਹੀ ਕਾਂਗਰਸ ਨੂੰ ਲੋਕਾਂ ਨੇ ਨਕਾਰ ਦਿੱਤਾ ਆ ਅਤੇ ਕੋਈ ਵੀ ਐਸੀ ਸ਼ਖਸੀਅਤ ਨਹੀਂ, ਉਹ ਕੈਪਟਨ ਸਾਹਿਬ ਹੋਣ, ਬਾਜਵਾ ਸਾਹਿਬ ਹੋਣ ਜਾਂ ਰਾਹੁਲ ਗਾਂਧੀ ਜੀ ਆਪ ਹੋਣ, ਸੋਨੀਆ ਜੀ ਹੋਣ, ਕੋਈ ਵੀ ਹੁਣ ਇਹਨਾਂ ਦੀ ਜਿਹੜੀ ਰੁੜੀ ਜਾਂਦੀ ਬੇੜੀ ਆ ਉਹਨੂੰ ਪਾਰ ਲਾਉਣ ਦੇ ਸਮਰੱਥ ਨਹੀਂ। ਦੂਸਰਾ, ਭਾਵੇਂ ਇਹਨਾਂ ਦੇ ਕਾਂਗਰਸੀ ਲੀਡਰ ਆਪ ਵਿੱਚ ਸ਼ਾਮਿਲ ਹੋ ਰਹੇ ਆ ਲੇਕਿਨ ਉਹਨਾਂ ਦੀ ਸਾਰੀ ਵਾਗਡੋਰ ਜਿਹੜੀ ਆ, ਜਿਹੜਾ ਰਿਮੋਟ ਕੰਟਰੋਲ ਆ, ਉਹ ਦਿੱਲੀ 'ਚ ਬੈਠੇ ਲੋਕ ਜਿਹੜੇ ਨੇ, ਜਿਹੜੇ ਗੈਰ ਪੰਜਾਬੀ ਨੇ, ਉਹਨਾਂ ਦੇ ਹੱਥ ਵਿੱਚ ਆ ਅਤੇ ਪੰਜਾਬ ਦੀ ਧਰਤੀ 'ਤੇ ਆਪ ਛਾਪ ਵਰਗੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਕੋਈ ਆਧਾਰ ਨਹੀਂ ਬਣੇਗਾ। ਅਤੇ ਅਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਤੀਸਰੀ ਵਾਰ ਹੈਟ੍ਰਿਕ ਜਿਹੜੀ ਆ ਇੱਥੇ ਫੇਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਪੰਜਾਬ ਵਿੱਚ ਬਣੇਗੀ। ਨਹੀਂ, ਕੋਈ ਐਸੀ ਗੱਲ ਨਹੀਂ ਹੈ। ਦੇਖੋ, ਜਦੋਂ ਵੀ ਇਲੈਕਸ਼ਨ ਆਉਂਦੇ ਆ, ਨੇੜੇ ਇਲੈਕਸ਼ਨ ਆਉਂਦੇ ਆ, ਬਹੁਤ ਸਾਰੀਆਂ ਨਵੀਆਂ ਸਭਬੰਦੀ ਜਿਹੜੀਆਂ ਹੁੰਦੀਆਂ, ਕਈ ਲੋਕ ਕੋਈ ਪਾਰਟੀ ਜੁਆਇਨ ਕਰਦੇ ਆ, ਕੋਈ ਪਾਰਟੀ ਕੋਈ ਛੱਡਦੇ ਆ। ਦੇਖੋ, ਇਹ ਕਿਤੇ ਕਿਤੇ ਕਿਸੇ ਨੇ ਛੱਡਣਾ, ਇਹ ਕਿਸੇ ਦਾ ਮੈਂ ਸਮਝਦਾ ਕਿ ਉਹਦਾ ਜ਼ਾਤੀ ਇਹਦੇ 'ਚ ਮਕਸਦ ਹੋ ਸਕਦਾ ਹੈ। ਲੇਕਿਨ ਪਾਰਟੀ ਦੇ ਤੌਰ ਦੇ ਉੱਤੇ ਹਮੇਸ਼ਾ ਹੀ ਜਿਹਦਾ ਜਿਹਦਾ ਵੀ ਬੰਦਾ ਸਨਮਾਨ ਹੈ ਕਾਂਗਰਸ ਪਾਰਟੀ ਨੇ ਦਿੱਤਾ ਔਰ ਉਹਨਾਂ ਨੂੰ ਵੀ ਦਿੱਤਾ। ਦੇਖੋ, ਇਹ ਗੱਲ ਨਹੀਂ ਹੈ। ਕੋਈ ਬੰਦਾ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਉਮਰ ਦਾ ਕੋਈ ਤਕਾਜ਼ਾ ਨਹੀਂ ਹੋਣਾ ਚਾਹੀਦਾ ਔਰ ਕੱਲ੍ਹ ਨੂੰ ਅਸੀਂ ਵੀ ਉਸ ਮੁਕਾਮ 'ਤੇ ਪਹੁੰਚਣਾ ਹੈਗਾ। ਲੇਕਿਨ ਜਿੰਨੀ ਦੇਰ ਬੰਦਾ ਚੱਲਦਾ ਲੋਕਾਂ ਦੇ ਵਿੱਚ ਉਹਦੀ ਗੱਲਬਾਤ ਹੈ, ਜਿੰਨੀ ਦੇਰ ਉਹ ਪਾਰਟੀ ਨੂੰ ਅੱਗੇ ਲਿਜਾਣ ਦੀ ਉਹਦੇ 'ਚ ਸਮਰੱਥਾ ਹੈ, ਉਹਦੇ ਵਿੱਚ ਉਮਰ ਦਾ ਕੋਈ ਲਿਹਾਜ਼ ਨਹੀਂ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, 5 ਆਪ ਟੁਡੇ।